ਦੇਖੋ ਪਹਿਲਾਂ ਤਾਂ ਮੈਂ ਕਹਿਣਾ ਕਿ ਬਹੁਤ ਮਦਭਾਗੀ ਘਟਨਾ ਹੈ, ਬਹੁਤ ਮਾੜਾ ਜਿਹੜਾ ਸਲੂਕ ਹੈ ਉਹ ਸਾਡੇ ਕਿਸਾਨਾਂ ਨਾਲ ਹੋ ਰਿਹਾ ਹੈ। ਬਾਰਡਰ ਖਨੌਰੀ ਤੇ ਸ਼ੰਭੂ ਬਾਰਡਰ ਨੂੰ ਪਾਕਿਸਤਾਨ ਬਣਾ ਦਿੱਤਾ ਗਿਆ ਹੈ, ਜਿਹੜਾ ਕਿ ਮੈਂ ਸਮਝਦਾ ਹਾਂ ਕਿ ਪੰਜਾਬ ਦੇ ਲੋਕ ਇਸ ਗੱਲ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ। ਦੂਜਾ, ਜਿਹੜੇ ਨੌਜਵਾਨ ਨੂੰ ਗੋਲੀ ਵੱਜੀ ਹਜੇ ਤੱਕ ਉਹਦੀ ਕੋਈ ਕਾਰਵਾਈ ਨਹੀਂ ਕੀਤੀ ਗਈ। ਤੀਜਾ, ਸਾਡੇ ਨੌਜਵਾਨ ਪ੍ਰਿਤਪਾਲ ਸਿੰਘ ਨੂੰ ਹਰਿਆਣਾ ਪੁਲਿਸ ਚੱਕ ਕੇ ਲੈ ਗਈ, ਕੁੱਟਿਆ ਮਾਰਿਆ, ਲੱਤਾਂ ਤੋੜਨ ਤੋਂ ਬਾਅਦ ਫਿਰ ਹੁਣ PGI ਦਾਖਲ ਕਰਾਇਆ, PGI ਤੇ ਵੀ ਉਹਦੇ ਤੇ ਚੰਡੀਗੜ੍ਹ ਦੀ ਪੁਲਿਸ ਲਾ ਦਿੱਤੀ ਗਈ ਹੈ, ਤਾਂ ਜੋ ਛੁੱਟੀ ਮਿਲਦਿਆਂ ਸਾਰ ਫਿਰ ਉਹ ਹਰਿਆਣਾ ਪੁਲਿਸ ਦੀ ਕਸਟਡੀ 'ਚ ਹੋ ਜਾਏ। ਸੋ ਮੇਰੇ ਕਹਿਣ ਦਾ ਮਤਲਬ, ਪੰਜਾਬ ਦੇ ਮੁੱਖ ਮੰਤਰੀ ਸਾਹਿਬ ਔਰ ਪੰਜਾਬ ਸਰਕਾਰ ਨੂੰ ਇਹਦੇ 'ਤੇ ਗੌਰ ਫਰਮਾਉਣੀ ਚਾਹੀਦੀ ਹੈ। ਅਸੀਂ ਬਿਲਕੁਲ ਪ੍ਰਿਤਪਾਲ ਨੂੰ ਹੁਣ ਵਾਪਸ ਨਹੀਂ ਜਾਣ ਦਿਆਂਗੇ, ਪ੍ਰਿਤਪਾਲ ਸਿੰਘ ਦਾ ਇਲਾਜ ਹੋਣਾ ਚਾਹੀਦਾ ਹੈ। ਈਵਨ PGI ਵਾਲਿਆਂ 'ਤੇ ਵੀ ਕਿਤੇ ਨਾ ਕਿਤੇ ਪ੍ਰੈਸ਼ਰ ਹੈ ਵੀ ਇਹਨੂੰ ਜਲਦੀ ਛੁੱਟੀ ਦਿਓ। ਦੇਖੋ ਕਿੱਥੇ ਹੋ ਗਿਆ ਕਿੱਥੇ ਨਹੀਂ ਹੋ ਗਿਆ, ਹਜੇ ਇਸ ਗੱਲ ਦੀ ਜਿਹੜੀ ਪੁਸ਼ਟੀ ਹੈ ਉਹ ਹੋਣੀ ਬਾਕੀ ਹੈ, ਕਿਉਂਕਿ ਆਪਸ ਵਿੱਚ ਇਹ ਗੱਲ ਚੱਲ ਰਹੀ ਹੈ ਵੀ ਇੱਥੇ ਉੱਥੇ ਅਲਾਇੰਸ ਹੋ ਗਿਆ ਨਹੀਂ ਹੋਇਆ। ਪਰ ਮੈਨੂੰ ਲੱਗਦਾ ਹਜੇ ਤੱਕ ਫਾਈਨਲ ਪ੍ਰਕਿਰਿਆ ਕਿਸੇ ਪ੍ਰਕਾਰ ਦੀ ਸਾਡੇ ਕੋਲ ਕਿਸੇ ਪ੍ਰਕਾਰ ਦੀ ਕੋਈ ਇਤਲਾਹ ਨਹੀਂ ਹੈ। ਦੂਸਰੀ ਗੱਲ, ਅਸੀਂ ਪਹਿਲੇ ਦਿਨ ਤੋਂ ਤੁਹਾਨੂੰ ਮੀਡੀਆ ਨੂੰ ਕਹਿੰਦੇ ਰਹੇ ਹਾਂ ਵੀ ਸਾਡਾ 7 ਮਹੀਨਿਆਂ ਤੋਂ ਕਹਿ ਰਹੇ ਹਾਂ ਵੀ 13 ਦੀਆਂ 13 ਸੀਟਾਂ 'ਤੇ ਪੰਜਾਬ 'ਚ ਕਾਂਗਰਸ ਪਾਰਟੀ ਚੁਣਾਵ ਲੜੇਗੀ, ਔਰ ਅੱਜ ਵੀ ਮੈਂ ਉਸੇ ਸਟੈਂਡ 'ਤੇ ਬਰਕਰਾਰ ਹਾਂ। ਦੇਖੋ ਹਰਸਿਮਰਤ ਜੀ ਬੜੇ ਸਤਿਕਾਰਯੋਗ ਨੇ, ਲੇਕਿਨ ਜਿਸ ਪ੍ਰਕਾਰ ਇਹ ਕਾਲੇ ਕਾਨੂੰਨਾਂ ਨੇ, ਇਹ ਸਾਰਾ ਯੱਬ ਕਿੱਥੋਂ ਪਿਆ? ਇਹ ਉਹਨਾਂ ਕਾਲੇ ਕਾਨੂੰਨਾਂ 'ਤੇ ਹਰਸਿਮਰਤ ਕੌਰ ਬਾਦਲ ਜੀ ਦੇ ਦਸਖਤ ਹੋਏ। BJP ਨਾਲ ਜਿਹੜਾ ਤੋੜ ਵਿਛੋੜਾ ਵੀ ਹੋਇਆ, ਉਹ ਇਹਨਾਂ ਨੇ ਪਹਿਲਾਂ ਲੋਕਾਂ ਨੂੰ ਇਹ ਕਿਹਾ ਕਿ ਇਹ ਕਾਨੂੰਨ ਬੜੇ ਹੱਕ ਦੇ ਨੇ, ਅੱਛੇ ਕਾਨੂੰਨ ਨੇ। ਇਹ ਹਰਸਿਮਰਤ ਜੀ ਨੇ ਕਿਹਾ, ਇਹ ਬਾਦਲ ਸਾਹਿਬ ਨੇ ਕਿਹਾ, ਇਹ ਸੁਖਬੀਰ ਬਾਦਲ ਨੇ ਕਿਹਾ, ਪਿੰਡਾਂ 'ਚ ਪੋਸਟਰ ਲਾ ਦਿੱਤੇ ਗਏ ਇਸ ਕਾਨੂੰਨ ਦੇ ਮੁਤਲਕ। ਫਿਰ ਕਿਸਾਨਾਂ ਨੇ ਪ੍ਰੈਸ਼ਰ ਪਾਇਆ ਤੇ ਹਰਸਿਮਰਤ ਕੌਰ ਬਾਦਲ ਜੀ ਨੇ ਅਸਤੀਫਾ ਦਿੱਤਾ। ਹੁਣ ਫਿਰ ਭਾਈਵਾਲ ਦੀ ਗੱਲ ਚੱਲ ਰਹੀ ਹੈ, ਅੰਦਰ ਖਾਤੇ ਗੱਲ ਮੁੱਕ ਚੁੱਕੀ ਹੈ। ਇਹ ਮਿਲੀ ਭੁਗਤ ਦੇ ਨਾਲ ਉਹਨਾਂ ਨੇ ਕਿਹਾ ਕਿ ਮੇਰਾ ਪਾਰਲੀਮੈਂਟ ਏਰੀਆ ਹੈ, ਮੈਨੂੰ ਉੱਥੇ ਕਿਤੇ ਨਾ ਕਿਤੇ ਆਵਾਜ਼ ਚੱਕਣੀ ਪਊਗੀ, ਕਿਉਂਕਿ ਨਹੀਂ ਤਾਂ ਕਿਸਾਨ ਮੇਰੇ ਵਿਰੋਧ 'ਚ ਹੋ ਜਾਣਗੇ, ਕਿਉਂਕਿ ਉਹ ਬੰਗਲੇ 'ਚ ਵੀ ਹਜੇ ਸਰਕਾਰੀ 'ਚ ਉਸੇ 'ਚ ਰਹਿ ਰਹੇ ਆ ਜਿਹੜਾ ਮਿਨਿਸਟਰ ਦਾ ਬੰਗਲਾ ਹੁੰਦਾ, ਉਹੀ ਸਿਕਿਉਰਿਟੀ ਫੋਰਸਿਸ ਐਂਡ ਆਲ ਦੈਟ। ਇਹ ਸਾਰੀ ਜਿਹੜੀ ਗੇਮ ਹੈ ਮਿਲੀ ਭੁਗਤ ਰਾਹੀਂ ਭਾਜਪਾ ਤੇ ਬਾਦਲ ਪਰਿਵਾਰ ਖੇਡ ਰਿਹਾ। ਜਾਂ ਤਾਂ ਇਹ ਸਪਸ਼ਟ ਕਰਨ ਜਿਹੜੇ ਕੇਂਦਰ ਵਾਲੇ ਮੰਤਰੀਆਂ ਨੇ, ਤੁਸੀਂ ਕਹਿੰਦੇ ਵੀ ਉਹਨਾਂ ਨੂੰ ਝਾੜ ਪਾਈ ਵੀ ਇਹ ਫੋਰਮ ਨਹੀਂ ਆ, ਜਾਂ ਤਾਂ ਇਹ ਸਪਸ਼ਟ ਕਰਨ ਵੀ ਅਸੀਂ ਅਕਾਲੀ ਦਲ ਭਾਜਪਾ ਕਿਸੇ ਗੱਲ ਨਾਲ ਇਕੱਠੇ ਨਹੀਂ ਹੋਣਾ। ਜਦੋਂ ਇਕੱਠੇ ਹੈ ਹੋਰ ਇਹ ਤਾਂ ਉਡੀਕਦੇ ਆ, ਚੋਣ ਜਾਬਤਾ ਲੱਗ ਜਾਏ, ਕਿਸਾਨ ਬਾਰਡਰ ਤੋਂ ਮੁੜਿਆ ਤੇ ਅਸੀਂ ਆਪਦੀ ਗੰਢ ਧੁੱਪਦੇ ਰਾਹੀਂ ਸੀਟਾਂ ਐਲਾਨ ਕਰ ਲਈਏ ਵੀ ਸਾਡਾ ਐਲਾਨ ਹੋ ਗਿਆ, ਅੰਦਰ ਖਾਤੇ ਇਕੱਠੇ ਨੇ। ਦੇਖੋ ਗੱਲ ਇਹ ਹੈ, ਕੌਣ ਪਰਿਵਾਰ ਵਿੱਚੋਂ ਹੁੰਦਾ ਕੋਈ ਕਿ ਨਹੀਂ ਹੁੰਦਾ, ਜਾਂ ਮੈਂ ਲੜਦਾ ਜਾਂ ਨਹੀਂ ਲੜਦਾ, ਇਹ ਸਾਡੀ ਜਿਹੜੀ ਪਾਰਟੀ ਹੈ ਇਹ ਕਿਹੜਾ ਕੋਈ ਖੇਤਰੀ ਪਾਰਟੀ ਹੈ ਕਿ ਸਰਦਾਰ ਸੁਖਬੀਰ ਸਿੰਘ ਜੀ ਨੇ ਐਲਾਨ ਕਰਨਾ ਵੀ ਇੱਕ ਥਾਂ ਤੋਂ ਮਜੀਠੀਆ ਜੀ ਲੜਨਗੇ, ਇੱਕ ਥਾਂ ਤੋਂ ਹਰਸਿਮਰਤ ਜੀ ਲੜਨਗੇ, ਇੱਕ ਥਾਂ ਤੋਂ ਆਪ ਲੜਨਗੇ। ਸਾਡਾ ਜਿਹੜਾ ਵੀ ਲੜਨਾ ਕਿ ਨਹੀਂ ਲੜਨਾ, ਇਹ ਫੈਸਲਾ ਹਾਈਕਮਾਂਡ ਕਰਦੀ ਹੈ, ਖਰਗੇ ਸਾਹਿਬ ਕਰਦੇ ਨੇ, ਰਾਹੁਲ ਗਾਂਧੀ, ਸੋਨੀਆ ਗਾਂਧੀ ਕਰਦੇ ਨੇ। ਇਹਦੇ ਬਾਰੇ ਮੈਂ ਕਹਿ ਰਿਹਾ ਕਿ ਫਲਾਨਾ ਉੱਥੋਂ ਲੜੂਗਾ, ਫਲਾਨਾ ਉਮੀਦਵਾਰ ਹੋਊਗਾ ਕਿ ਨਹੀਂ ਹੋਊਗਾ। ਹਾਂ, ਰਾਜਾ ਵੜਿੰਗ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ
ਇਹ ਜ਼ਰੂਰ ਉੱਥੇ ਦੱਸੇਗਾ ਵੀ ਫਲਾਨਾ ਕੈਂਡੀਡੇਟ ਫਲਾਨੇ ਥਾਂ ਤੋਂ ਚੰਗਾ ਹੋ ਸਕਦਾ, ਫਲਾਨਾ ਫਲਾਨੇ ਥਾਂ ਤੋਂ ਚੰਗਾ ਹੋ ਸਕਦਾ, ਜਿੱਤ ਸਕਦਾ। ਸੋ ਇਹ ਸਾਰੀ ਪ੍ਰਕਿਰਿਆ ਰਹੇਗੀ। ਮੈਂ ਤੁਹਾਨੂੰ ਕਹਿ ਰਿਹਾ ਹੈ ਕਿ ਇਹ ਅੰਕੜਿਆਂ ਤੇ ਜਿੱਤ ਦੇ ਹਿਸਾਬ ਤੇ, ਜਿਹੜਾ ਵਿਅਕਤੀ ਵੀ ਜਿੱਤ ਪਾਏਗਾ ਉਸ ਵਿਅਕਤੀ ਨੂੰ ਟਿਕਟ ਹਾਈਕਮਾਂਡ ਨੇ ਦੇਣੀ ਹੈ। ਉਹ ਕੌਣ ਜਿੱਤ ਪਾਏਗਾ, ਮੈਂ ਜਿੱਤ ਪਾਵਾਂਗਾ ਕਿ ਨਹੀਂ ਪਾਵਾਂਗਾ, ਹੋ ਸਕਦਾ ਮੇਰੇ ਨਾਲ ਕੋਈ ਕਾਬਿਲ ਹੋਰ ਜਿੱਤਣ ਵਾਲਾ ਹੋਵੇ। ਸੋ ਮੇਰੇ ਕਹਿਣ ਦਾ ਮਤਲਬ ਜਿੱਤ ਪਾਏਗਾ ਕਿ ਨਹੀਂ ਪਾਏਗਾ, ਇਸ ਮੈਰਿਟ ਤੇ ਇਸ ਵਾਰੀ ਦੀਆਂ ਪਾਰਲੀਮੈਂਟ ਦੀਆਂ ਸੀਟਾਂ ਦਿੱਤੀਆਂ ਜਾਣ।